ਗੁੱਡ ਈਵਨਿੰਗ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰੂਡੀਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਮਾਸਟਰ ਕੈਡਰ ਪੰਜਾਬੀ ਔਰ UGC ਦੀ ਤਿਆਰੀ ਕਰ ਰਹੇ ਆ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਆ ਉਹਨਾਂ ਦੇ ਲਈ ਦੱਸ ਦਿਆਂ ਕਿ ਡੇਲੀ ਹੀ ਸਾਡਾ 8 ਵਜੇ ਲੈਕਚਰ ਹੁੰਦਾ ਆ ਯਾਨੀ ਡੇਲੀ 8 ਵਜੇ ਲਾਈਵ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਹਰ ਰੋਜ਼ ਇੱਕ ਸਾਹਿਤਕਾਰ ਨੂੰ ਡਿਸਕਸ ਕਰਦੇ ਆ ਸਾਡਾ ਕਲਾਸ ਜੋ ਹੈਗੀ ਆ ਉਹ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਰਹਿੰਦੀ ਆ ਔਰ ਸੰਡੇ ਨੂੰ ਸਾਡਾ ਆਫ ਹੁੰਦਾ ਹੈ ਓਕੇ ਔਰ ਜਦੋਂ ਅਸੀਂ ਐਮਸੀਕਿਊਜ਼ ਡਿਸਕਸ ਕਰਦੇ ਹਾਂ ਤੇ ਉਹਨਾਂ ਦੇ ਨਾਲ ਰਿਲੇਟਿਡ ਐਕਸਟਰਾ ਫੈਕਟਸ ਨੂੰ ਵੀ ਡਿਸਕਸ ਕਰ ਲੈਂਦੇ ਹਾਂ ਸੋ ਥੈਟ ਕਿ ਤੁਹਾਨੂੰ ਇੱਕ ਕਹਾਣੀ ਦੀ ਤਰ੍ਹਾਂ ਸਾਰਾ ਕੁਝ ਯਾਦ ਹੋ ਜਾਏ ਓਕੇ ਅੱਜ ਦਾ ਜੋ ਸਾਡਾ ਲੈਕਚਰ ਹੈ ਇਹ ਅਮ੍ਰਿਤਾ ਪ੍ਰੀਤਮ ਜੀ ਦਾ ਦੂਸਰਾ ਲੈਕਚਰ ਹੋਏਗਾ ਪਹਿਲਾ ਲੈਕਚਰ ਅਸੀਂ ਕੱਲ ਹੀ ਕਰ ਚੁੱਕੇ ਹਾਂ ਤੇ ਇੱਕ ਲੈਕਚਰ ਕੱਲ ਵੀ ਜੋ ਰਹੇਗਾ ਸੈਟਰਡੇ ਨੂੰ ਉਹ ਵੀ ਅਮ੍ਰਿਤਾ ਪ੍ਰੀਤਮ ਜੀ ਦੇ ਉੱਪਰ ਹੀ ਹੋਏਗਾ ਇਸ ਦੇ ਵਿੱਚ ਅਸੀਂ ਅਮ੍ਰਿਤਾ ਪ੍ਰੀਤਮ ਜੀ ਨੂੰ ਬਤੌਰ ਨਾਵਲਕਾਰ ਬਤੌਰ ਸਵੈ ਜੀਵਨੀਕਾਰ ਯਾਨੀ ਕਿ ਜਿਸ ਤਰ੍ਹਾਂ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਆ ਉਸ ਪੱਖ ਤੋਂ ਅਸੀਂ ਕਰ ਚੁੱਕੇ ਹੋਵਾਂਗੇ ਓਕੇ ਤਾਂ ਸ਼ੁਰੂ ਕਰਦੇ ਹਾਂ ਜੀ ਫਿਰ ਅੱਜ ਦੇ ਸੈਸ਼ਨ ਨੂੰ ਥੈਂਕ ਯੂ ਬੀਰਬਲ ਜੀ ਓਕੇ ਚਲੋ ਸ਼ੁਰੂ ਕਰਦੇ ਹਾਂ ਅਮ੍ਰਿਤਾ ਪ੍ਰੀਤਮ ਜੀ ਦੇ ਬਾਰੇ ਵਿੱਚ ਪੜਨਾ ਤੇ ਫਟਾਫਟ ਆਨਸਰ ਕਰਦੇ ਜਾਣਾ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈਗਾ ਆ ਜਿਹੜੇ ਵੀ ਬੱਚੇ ਪੇਡ ਬੈਚ ਲੈਣਾ ਚਾਹੁੰਦੇ ਆ ਤਾ ਉਹ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਆ ਜਿਸ ਦੇ ਵਿੱਚ ਤੁਹਾਨੂੰ ਡੇਲੀ ਲਾਈਵ ਕਲਾਸ ਮਿਲਦੀ ਹੈ ਮੰਡੇ ਟੂ ਸੈਟਰਡੇ ਸੰਡੇ ਨੂੰ 6 ਦਿਨਾਂ ਚ ਪੜੇ ਹੋਏ ਦਾ ਟੈਸਟ ਹੁੰਦਾ ਆ ਨਾਲ ਦੇ ਨਾਲ ਤੁਹਾਨੂੰ ਪੀਡੀਐਫ ਵੀ ਮਿਲਦੀ ਹੈ ਔਰ ਜਿਹੜਾ ਵੀ ਲੈਕਚਰ ਤੁਹਾਨੂੰ ਲਾਈਵ ਮਿਲਦਾ ਆ ਉਹਦੀ ਰਿਕਾਰਡਿੰਗ ਵੀ ਡੇਲੀ ਹੀ ਮਿਲ ਜਾਂਦੀ ਆ ਠੀਕ ਹੈ ਜੀ ਤਾਂ ਇਹ ਸਾਰਾ ਕੁਝ ਤੁਹਾਨੂੰ ਪੇਡ ਬੈਚ ਵਿੱਚ ਮਿਲਦਾ ਹੈ ਜਿਸ ਦੀ ਫੀਸ ਹੈਗੀ ਆ 5000 ਰੁਪੀਸ ਜਿਹੜੇ ਕਿ ਤੁਸੀਂ ਇੱਕ ਹੀ ਵਾਰ ਪੇ ਕਰਨੇ ਆ ਔਰ ਉਸ ਜੋ ਕੋਰਸ ਦੀ ਵੈਲਿਡਿਟੀ ਹੈ ਉਹ ਰਹੇਗੀ 1 ਸਾਲ ਜਾਂ ਫਿਰ ਜਦੋਂ ਤੱਕ ਪੇਪਰ ਨਹੀਂ ਹੁੰਦਾ ਓਕੇ ਜੀ ਚਲੋ ਸ਼ੁਰੂ ਕਰਦੇ ਆ ਫਿਰ ਪਹਿਲੇ ਕੁਐਸਚਨ ਤੋਂ ਅਮ੍ਰਿਤਾ ਪ੍ਰੀਤਮ ਨੂੰ ਕਿਸ ਰਚਨਾ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੁਨੇਹੜੇ ਕਾਗਜ਼ ਤੇ ਕੈਨਵਸ ਪਿੰਜਰ ਅਜ ਆਖਾਂ ਵਾਰਿਸ ਸ਼ਾਹ ਨੂੰ ਹਾਂਜੀ ਪਹਿਲੇ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ yes please ਹਾਂਜੀ ਕੁਐਸਚਨ ਨੰਬਰ 1 ਦੇ ਲਈ ਆਨਸਰ ਕਰੋ ਬਿਲਕੁਲ ਇਹ ਵਾਲਾ ਆਨਸਰ ਵੈਸੇ ਸਾਰਿਆਂ ਦਾ ਹੀ ਸਹੀ ਹੋਣਾ ਸੀ ਆਈ نو दैट ਇਹ ਰਹੇਗਾ ਸੁਨੇਹੜੇ ਠੀਕ ਹੈ ਇਹਨੂੰ ਤੁਸੀਂ ਕਿੱਦਾਂ ਯਾਦ ਰੱਖ ਸਕਦੇ ਹੋ ਸਸੇ ਤਹੀ ਸਾਹਿਤ ਅਕਾਦਮੀ ਹੁੰਦਾ ਆ ਤੇ ਸਸੇ ਤਹੀ ਸੁਨੇਹੜੇ ਹੈਗਾ ਠੀਕ ਹੈ ਜੀ ਤਦਾ ਯਾਦ ਰੱਖ ਲੈਣਾ ਦੂਸਰੀ ਚੀਜ਼ ਇਹ ਪਹਿਲੀ ਇਸਤਰੀ ਲੇਖਿਕਾ ਬਣੇ ਜਿਨ੍ਹਾਂ ਨੂੰ ਕੀ ਪੰਜਾਬੀ ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਔਰ ਇਹੇ ਪੁਰਸਕਾਰ ਇਹਨਾਂ ਨੂੰ 1956 ਦੇ ਵਿੱਚ ਮਿਲਿਆ ਸੀ ਕੀ ਕਲਾਸ ਚੱਲ ਰਹੀ ਹੈ ਆਈ ਮੀਨ ਸਾਰਿਆਂ ਨੂੰ ਵਿਜ਼ੀਬਲ ਹੈ ਕਲਾਸ ਕੋਈ ਮੈਸੇਜ ਕਰਨਾ ਪਲੀਜ਼ ਕਿਉਂਕਿ ਮੈਨੂੰ ਤੁਹਾਡੇ ਕੋਈ ਵੀ ਮੈਸੇਜ ਨਹੀਂ ਆ ਰਹੇ ਆ आई डोंट नो एक बार लैग हो गया सी शायद पर हूँ मेरे हिसाब के नलते पे ना विजिबल है एक बार मैसेज कर देना ठीक है सो दैट कि मैं थोड़ा क्लियर हो जाए तद तक चलते हाँ अं दूसरे क्वेश्चन वाल अमृता प्रीतम नु किस यूनीवर्सिटी वालों ऑनरेरी डिग्री मिली दिल्ली यूनिवर्सिटी जबलपुर यूनिवर्सिटी विश्व भारती यूनिवर्सिटी या फिर यह सारे की उत्तर होएगा प्रश्न नंबर दो दे हां जी ਹੁਣ ਤੁਹਾਡੇ ਮੈਸੇਜ ਆ ਰਹੇ ਨੇ ਓਕੇ ਦੂਸਰੇ ਦਾ ਤੁਸੀਂ ਆਨਸਰ ਲਗਾ ਰਹੇ ਹੋ ਏ ਮੈਨੂੰ ਪਤਾ ਸੀ ਕਿ ਏ ਜ਼ਿਆਦਾਤਰ ਬੱਚਿਆਂ ਦਾ ਹੋਏਗਾ ਹਨਾ ਕਿਉਂਕਿ ਦਿੱਲੀ ਯੂਨੀਵਰਸਿਟੀ ਅਸੀਂ ਕਾਫੀ ਵਾਰੀ ਸੁਣਿਆ ਹੁੰਦਾ ਪਰ ਇਹ ਤੁਸੀਂ ਯਾਦ ਰੱਖਣਾ ਇਹ ਸਾਰੀਆਂ ਹੀ ਯੂਨੀਵਰਸਿਟੀਆਂ ਨੇ ਅਮ੍ਰਿਤਾ ਪ੍ਰੀਤਮ ਨੂੰ ਦਿੱਤੀ ਸੀਗੀ ਆਨਰੇਰੀ ਦੀ ਡਿਗਰੀ ਓਕੇ ਚਾਹੇ ਉਹ ਦਿੱਲੀ ਯੂਨੀਵਰਸਿਟੀ ਹੈ ਚਾਹੇ ਜਬਲਪੁਰ ਯੂਨੀਵਰਸਿਟੀ ਹੈ ਚਾਹੇ ਫਿਰ ਵਿਸ਼ਵ ਭਾਰਤੀ ਯੂਨੀਵਰਸਿਟੀ ਹੈ ਤਾਂ ਇਹ ਤਿੰਨੋਂ ਹੀ ਤੁਸੀਂ ਯਾਦ ਰੱਖਣੀ ਹੈ ਐਂਦੇ ਤੋਂ ਬਿਨਾ ਫਰਾਂਸ ਦੀ ਸਰਕਾਰ ਯਾਨੀ ਕਿ ਇਹ ਤਾਂ ਨੈਸ਼ਨਲ ਲੈਵਲ ਦੀ ਗੱਲ ਕਰ ਰਹੀ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਇਹਨਾਂ ਨੂੰ ਕਾਫੀ ਸਾਰੀਆਂ ਅਵਾਰਡਸ ਮਿਲੇ ਹੈਗੇ ਆ ਜਿਸ ਤਰ੍ਹਾਂ ਕਿ ਫਰਾਂਸ ਦੀ ਸਰਕਾਰ ਨੇ ਇਹਨਾਂ ਨੂੰ ਆਰਡਰੇ ਦੇ ਆਰਟਸ ਇਟਸ ਦੇਣ ਦਾ ਅਵਾਰਡ ਵੀ ਦਿੱਤਾ ਸੀ ਓਕੇ ਇਸ ਦੇ ਨਾਲ ਨਾਲ ਇਹ ਅਸੀਂ ਕੱਲ ਹੀ ਕੀਤਾ ਸੀਗਾ ਕਿ ਪਾਕਿਸਤਾਨ ਦੀ ਜੋ ਪੰਜਾਬੀ ਅਕੈਡਮੀ ਹੈ ਉਹਨਾਂ ਨੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਸੀ ਓਕੇ ਤਾਂ ਇਹ ਸਾਰੇ ਫੈਕਟ ਯਾਦ ਰੱਖਣੇ ਆ ਤੀਸਰਾ ਪ੍ਰਸ਼ਨ ਹੈਗਾ ਭਾਸ਼ਾ ਵਿਭਾਗ ਪੰਜਾਬ ਨੇ ਕਿਸ ਰਸਾਲੇ ਦਾ ਅਮ੍ਰਿਤਾ ਪ੍ਰੀਤਮ ਦਾ ਵਿਸ਼ੇਸ਼ ਅੰਕ ਕੱਢਿਆ ਪੰਜਾਬੀ ਸੱਭਿਆਚਾਰ ਸਾਡਾ ਸੱਭਿਆਚਾਰ ਪੰਜਾਬੀ ਦੁਨੀਆ ਪੰਜਾਬੀ ਲੋਕ ਪ੍ਰਸ਼ਨ ਨੰਬਰ 3 ਦੇ ਲਈ ਕੀ ਉੱਤਰ ਹੋਏਗਾ ਇਹ ਮੈਂ ਤੁਹਾਨੂੰ ਕੱਲ ਜਾਂਦੇ ਜਾਂਦੇ ਫੈਕਟ ਦੱਸਿਆ ਵੀ ਸੀ ਤਾਂ ਆਈ ਹੋਪ ਕਿ ਤੁਹਾਨੂੰ ਉਸ ਰਸਾਲੇ ਦਾ ਨਾਮ ਯਾਦ ਹੋਊਗਾ ਜੀ ਉੱਤਰ ਕਰੋ ਫੇਰ ਤੀਸਰੇ ਪ੍ਰਸ਼ਨ ਦੇ ਲਈ ਹਾਂਜੀ ਤੀਸਰੇ ਲਈ ਤੁਹਾਡਾ ਆਨਸਰ ਆ ਰਿਹਾ ਵੈ ਸੀ ਆਨਸਰ ਆ ਰਿਹਾ ਹੈ ਬਿਲਕੁਲ ਠੀਕ ਹੈ ਪੰਜਾਬੀ ਦੁਨੀਆ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾਂ ਤਾਂ ਇਹ ਹੈ ਕਿ ਪੰਜਾਬੀ ਦੁਨੀਆ ਕਿਹੜੀ ਲਾਈਕ ਸਾਡਾ ਵਿਭਾਗ ਹੈ ਜਿਹਦਾ ਰਸਾਲਾ ਆ ਤਾਂ ਇਹ ਹੋ ਜਾਏਗਾ ਭਾਸ਼ਾ ਵਿਭਾਗ ਪੰਜਾਬ ਠੀਕ ਹੈ ਪਹਿਲੀ ਚੀਜ਼ ਤਾਂ ਇਹ ਯਾਦ ਰੱਖ ਲੈਣਾ ਦੂਸਰੀ ਚੀਜ਼ ਕੀ ਹੈ ਕਿ ਇਹਨਾਂ ਨੇ ਅਮ੍ਰਿਤਾ ਪ੍ਰੀਤਮ ਦਾ ਵਿਸ਼ੇਸ਼ ਅੰਕ ਕੱਢ ਲਿਆ ਸੀ ਠੀਕ ਹੈ ਤਾਂ ਇੱਥੋਂ ਸਾਨੂੰ ਕੀ ਪਤਾ ਚੱਲ ਰਿਹਾ ਹੈ ਕਿ ਜਿਹੜੇ ਅਮ੍ਰਿਤਾ ਪ੍ਰੀਤਮ ਹੈਗੇ ਆ ਉਹ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਇਦਾਂ ਫੇਮਸ ਰਹੇ ਨੇ ਓਕੇ ਕਾਫੀ ਸਾਰੇ ਸਨਮਾਨ ਮਿਲੇ ਆ ਭਾਸ਼ਾ ਵਿਭਾਗ ਦਾ ਅਗਰ ਰਸਾਲਾ ਕੋ ਤੁਹਾਡੇ ਬਾਰੇ ਸਪੈਸ਼ਲ ਛਾਪੇਗਾ ਤਾਂ ਉੱਥੇ ਛੋਟੀ ਮੋਟੀ ਗੱਲ ਵੀ ਨਹੀਂ ਹੋ ਸਕਦੀ ਠੀਕ ਹੈ ਓਕੇ ਅੱਗੇ ਹੈ ਧਰਤੀ ਸਾਗਰ ਅਤੇ ਸਿੱਪੀਆਂ ਇਹਨੂੰ ਕਿਸ ਨਾਮ ਤੇ ਫਿਲਮਾਇਆ ਗਿਆ ਸੀ ڈاکੂ ਕਦੰਬਰੀ ਪਿੰਜਰ ਸਾਰੇ ਪ੍ਰਸ਼ਨ ਨੰਬਰ 4 ਦੇ ਲਈ ਆਨਸਰ ਕਰੋ ਹਾਂਜੀ ਜੀ ਇਨਾਂ ਦੀਆਂ ਕਾਫੀ ਸਾਰੀਆਂ ਰਚਨਾਵਾਂ ਹੈਗੀਆਂ ਨਾ ਜਿਨ੍ਹਾਂ ਦੇ ਉੱਪਰ ਫਿਲਮਾਂ ਬਣਾਈਆਂ ਗਈਆਂ ਸੀ ਤਾਂ ਇਹ ਹੀ ਤੁਸੀਂ ਦੱਸਣਾ ਕਿ ਇਨਾਂ ਦੇ ਵਿੱਚੋਂ ਤਰਤੀ ਸਾਗਰ ਤੇ ਸਿੱਪੀਆਂ ਦੇ ਉੱਪਰ ਕਿਹੜੀ ਮੂਵੀ ਬਣੀ ਚੌਥੇ ਲਈ ਵੀ ਆਨਸਰ ਆ ਰਿਹਾ ਕਦੰਬਰੀ ਬਿਲਕੁਲ ਸਹੀ ਉੱਤਰ ਹੈ ਇੱਥੇ ਉਹਨਾਂ ਸੀ ਕਿਹੜੀਆਂ-ਕਿਹੜੀਆਂ ਮੂਵੀਆਂ ਯਾਦ ਰੱਖਣੀਆਂ ਹੈ ਪਹਿਲੀ ਤਾਂ ਇਹ ਤਰਤੀ ਸਾਗਰ ਤੇ ਸਿੱਪੀਆਂ ਕਦੰਬਰੀ ਦੂਸਰੀ ਹੈ ਉਹਨਾਂ ਦੀ ਕਹਾਣੀ ਉਹਨਾਂ ਦੀ ਕਹਾਣੀ ਨੂੰ ਡਾਕੂ ਦੇ ਨਾਮ ਤੇ ਨਾਲ ਛਾਪਿਆ ਗਿਆ ਸੀਗਾ ਔਰ ਪਿੰਜਰ ਸਾਨੂੰ ਪਤਾ ਹੀ ਹੈ ਜਿਹੜਾ ਇਹਨਾਂ ਦਾ ਨਾਵਲ ਸੀਗਾ ਐਦੇ ਉੱਪਰ ਜਿਹੜੀ ਮੂਵੀ ਬਣੀ ਉਹ ਪਿੰਜਰ ਦੇ ਨਾਮ ਤੇ ਹੀ ਬਣੀ ਸੀ ਠੀਕ ਹੈ ਔਰ ਪਿੰਜਰ ਦੇ ਵਿੱਚ ਦਿਖਾਇਆ ਗਿਆ ਸੀ ਵੰਡ ਦੇ ਸਮੇਂ ਦੀ ਕਹਾਣੀ ਨੂੰ ਓਕੇ ਔਰ ਨਾਲ ਦੇ ਨਾਲ ਔਰਤਾਂ ਉੱਪਰ ਜਿਹੜੇ ਜ਼ੁਲਮ ਹੋ ਰਹੇ ਸੀ ਉਹਨੂੰ ਵੀ ਦਿਖਾਇਆ ਗਿਆ ਔਰ ਇਹ ਜਿਹੜੀ ਇਹਨਾਂ ਦੀ ਪਿੰਜਰ ਫਿਲਮ ਸੀ ਇਹ ਐਦਾਂ ਦੀ ਫਿਲਮ ਸੀ ਜਿੰਨੂੰ ਕਿ ਅਵਾਰਡਸ ਵੀ ਮਿਲੇ ਆ ਜਿਵੇਂ ਕਿ ਇਹਨਾਂ ਨੂੰ ਫਿਲਮ ਫੇਅਰ ਦਾ ਬੈਸਟ ਆਰਟ ਡਾਇਰੈਕਸ਼ਨ ਅਵਾਰਡ ਮਿਲਿਆ ਇਸ ਦੇ ਨਾਲ ਨਾਲ ਨੈਸ਼ਨਲ ਫਿਲਮ ਅਵਾਰਡ ਸਪੈਸ਼ਲ ਜਿਊਰੀ ਦਾ ਅਵਾਰਡ ਵੀ ਇਹਨੂੰ ਦਿੱਤਾ ਗਿਆ ਸੀ ਠੀਕ ਹੈ ਔਰ ਇਹ ਫਿਲਮ ਕਿੱਥੇ ਚੱਲੀ ਸੀਗੀ ਮਤਲਬ ਕਿ ਕਿੱਥੇ ਫਿਲਮਾਈ ਗਈ ਸੀ ਰਾਜਸਥਾਨ ਔਰ ਪਾਕ ਸੋਰੀ ਪੰਜਾਬ ਦੇ ਬਾਰਡਰ ਦੇ ਉੱਪਰ ਓਕੇ ਅੱਗੇ ਦੇਖਦੇ ਆ ਪੰਜਵਾਂ ਹੇਠਾਂ ਵਿੱਚੋਂ ਅਮ੍ਰਿਤਾ ਪ੍ਰੀਤਮ ਦੀ ਧਾਰਮਿਕ ਰਚਨਾ ਦੱਸੋ ਕਾਲ ਚੇਤਨਾ ਅਗਿਆਤ ਦਾ ਨਿਮੰਤਰਣ ਦੋਵੇਂ ਕਾਲਾ ਗੁਲਾਬ ਪੰਜਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਜੀ ਅਮ੍ਰਿਤਾ ਪ੍ਰੀਤਮ ਦੀ ਧਾਰਮਿਕ ਰਚਨਾ ਹਾਂਜੀ ਹੂੰ ਸੀ ਬਿਲਕੁਲ ਠੀਕ ਹੈ ਇਹ ਦੋਵੇਂ ਹੀ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਸੀ ਕੱਲ੍ਹ ਹੀ ਕਿ ਅਮ੍ਰਿਤਾ ਪ੍ਰੀਤਮ ਨੇ ਜਦੋਂ ਸ਼ੁਰੂਆਤ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਧਾਰਮਿਕ ਔਰ ਅਧਿਆਤਮਿਕ ਰਚਨਾਵਾਂ ਲਿਖੀਆਂ ਔਰ ਇਸਤੇ ਬਾਰੇ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦੇ ਉਹਨਾਂ ਦੇ ਉੱਪਰ ਪ੍ਰਭਾਵ ਸੀ ਉਹਨਾਂ ਦੇ ਪਿਤਾ ਜੀ ਦਾ ਸੀਗਾ ਹੈਨਾ ਤਾਂ ਇਹਦੇ ਵਿੱਚ ਇਹ ਦੋਨੋਂ ਆ ਜਾਣਗੀਆਂ ਕਾਲ ਚੇਤਨਾ ਅਗਿਆਤ ਦਾ ਨਿਮੰਤਰਨ ਔਰ ਅਗਰ ਤੁਹਾਡੇ ਕੋਲ ਇਹ ਪੁੱਛ ਲਿਆ ਜਾਵੇ ਕਿ ਨੀਚੇ ਚਾਰਾਂ ਦੇ ਵਿੱਚੋਂ ਉਹ ਪਰਸਨ ਦੱਸੋ ਜਿੰਨਾਂ ਵੱਲ ਅਮ੍ਰਿਤਾ ਪ੍ਰੀਤਮ ਖਿੱਚੇ ਗਏ ਸੀ ਬਤੌਰ ਜਿਵੇਂ ਧਾਰਮਿਕ ਪ੍ਰਵਿਰਤੀ ਦੇ ਬੇਸ ਦੇ ਉੱਪਰ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਨੇ ਪੜਨਾ ਸ਼ੁਰੂ ਕੀਤਾ ਤਾਂ ਤੁਸੀਂ ਓਸ਼ੋ ਦਾ ਨਾਮ ਸੁਣਿਆ ਹੋਵੇਗਾ ਆਖਰੀ ਜਦੋਂ ਟਾਈਮ ਸੀ ਅਮ੍ਰਿਤਾ ਪ੍ਰੀਤਮ ਦਾ ਉਸ ਟਾਈਮ ਦੇ ਉੱਪਰ ਓਸ਼ੋ ਦਾ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਰਿਹਾ ਠੀਕ ਹੈ ਤੇ ਇਸ ਲਈ ਕੁਝ ਹੋ ਹੋ ਜੇ ਕਿਤਾਬਾਂ ਆ ਜਿਦੇ ਵਿੱਚ ਇਹਨਾਂ ਨੇ ਓਸ਼ੋ ਦਾ ਵੀ ਜ਼ਿਕਰ ਕੀਤਾ ਆ ਜਿਸ ਤਰ੍ਹਾਂ ਐਨਾਂ ਵਿੱਚੋਂ ਇੱਕ ਕਿਤਾਬ ਕਿਹੜੀ ਯਾਦ ਰੱਖਾਂਗੇ ਇਕੋਂਕਾਰ ਸਤਨਾਮ ਓਕੇ ਇਹ ਵੀ ਇੰਪੋਰਟੈਂਟ ਰਹੇਗਾ ਛੇਮਾ ਹੈ ਅਮ੍ਰਿਤਾ ਪ੍ਰੀਤਮ ਦੀ ហេਠਾਂ ਵਿੱਚੋਂ ਕਿਹੜੀ ਕਿਤਾਬ ਇੱਕ ਸਾਥੀ ਦੇ ਨਾਲ ਬਿਤਾਈ ਜ਼ਿੰਦਗੀ ਦਾ ਵਿਸ਼ਾ ਹੈ ਸਾਹਿਰ ਅਮ੍ਰਿਤਾ ਅ ਲਵ ਸਟੋਰੀ ਅਮ੍ਰਿਤਾ 임ਰੋਜ਼ ਅ ਲਵ ਸਟੋਰੀ ਅਮ੍ਰਿਤਾ ਸਜਾਦ ਅ ਲਵ ਸਟੋਰੀ ਜਾਂ ਫਿਰ ਕੋਈ ਵੀ ਨਹੀਂ ਇਨਾਂ ਦੇ ਵਿੱਚੋਂ ਆਨਸਰ ਕਰੋ ਪ੍ਰਸ਼ਨ ਨੰਬਰ 6 ਦੇ ਲਈ ਹਾਂਜੀ ਸਸ਼ੀਕਾਲ ਕੁਲਵਿੰਦਰ ਜੀ ਜੀ 6ਵੇਂ ਦੇ ਇਹ ਕੀ ਆਨਸਰ ਹੋਏਗਾ ਬੀ ਆਨਸਰ ਆ ਰਿਹਾ ਆਸ਼ਾ ਜੀ ਦਾ ਬਿਲਕੁਲ ਠੀਕ ਹੈ ਅਮ੍ਰਿਤਾ ਇਮਰੋਜ਼ অর ਲਵ ਸਟੋਰੀ ਸਾਨੂੰ ਪਤਾ ਹੈ ਤਿੰਨੋਂ ਹੀ ਪਰਸਨੈਲਿਟੀ ਸਾਹਿਰ ਇਮਰੋਜ਼ ਐਂਡ ਸਾਜਦ ਇਹ ਤਿੰਨੋਂ ਦੇ ਤਿੰਨੋਂ ਹੀ ਅਮ੍ਰਿਤਾ ਪ੍ਰੀਤਮ ਦੀ ਲਾਈਫ ਚ ਆਏ ਹੈਗੇ ਆ ਹਨਾ ਜਿਨ੍ਹਾਂ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਲਵ ਸਟੋਰੀ ਲਵ ਟ੍ਰਾਇੰਗਲ ਔਰ ਸਮ ਚੱਲਦਾ ਹੀ ਰਿਹਾ ਹੈ ਹਨਾ ਔਰ ਅਮ੍ਰਿਤਾ ਪ੍ਰੀਤਮ ਨੇ ਸਭ ਤੋਂ ਜ਼ਿਆਦਾ ਜੋ ক্লোਜ਼ ਰਹੇ ਹੈ ਸਾਹਿਰ ਲੁਧਿਆਨਵੀ ਦੇ ਰਹੇ ਸੀ ਇਹਨਾਂ ਦੇ ਜਦੋਂ ਅਸੀਂ ਸਵੈ ਜੀਨ ਨਹੀਂ ਪੜਦਿਆਂ ਰਸੀਦੀ ਟਿਕਟ ਉਸ ਤੇ ਵਿੱਚ ਸਾਹਿਰ ਲੁਧਿਆਨਵੀ ਦੇ ਬਾਰੇ ਗੱਲ ਕੀਤੀ ਹੋਈ ਹੈ ਓਕੇ ਫਿਰ ਜਦੋਂ ਉਹਨਾਂ ਦੇ ਨਾਲ ਇਹਨਾਂ ਦਾ ਬ੍ਰੇਕਅਪ ਹੋਇਆ ਉਸ ਤੋਂ ਬਾਅਦ ਫਿਰ ਇਹ 임ਰੋਜ਼ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਤੇ 임로즈 ਦੇ ਨਾਲ ਆਖਰੀ 40 ਬਰੇ ਅਮ੍ਰਿਤਾ ਨੇ ਬਿਤਾਏ ਨੇ ਓਕੇ ਤੇ 임로즈 ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਸੀ ਉਸ ਦੇ ਵਿੱਚ ਤਸਵੀਰਾਂ ਔਰ ਪੇਂਟਿੰਗ ਵਗੈਰਾ ਚਲਾਉਂਦੇ ਸੀ ਓਕੇ ਤੇ ਜਿਹੜੀ ਇਹਨਾਂ ਨੇ 40 ਸਾਲ ਦੀ ਜ਼ਿੰਦਗੀ ਇਕੱਠੇ ਬਿਤਾਈ ਸੀ ਉਸ ਦੇ ਬਾਰੇ ਦੇ ਵਿੱਚ ਹੀ ਇੱਕ ਕਿਤਾਬ ਲਿਖੀ ਗਈ ਅਮ੍ਰਿਤਾ 임로즈 ਅ ਲਵ ਸਟੋਰੀ ਓਕੇ ਅੱਗੇ ਦੇਖਦੇ ਹਾਂ ਸੱਤਵਾਂ ਪ੍ਰਸ਼ਨ ਰਸੀਦੀ ਟਿਕਟ ਦੇ ਕਿੰਨੇ ਸੰਸਕਰਨ ਹਨ 3 4 5 ਜਾਂ ਫਿਰ 6 ਉੱਤਰ ਕਰੋ ਜੀ ਪ੍ਰਸ਼ਨ ਨੰਬਰ 7 ਦੇ ਲਈ ਹਾਂਜੀ ਵੈਰੀ ਗੁੱਡ ਹਾਂਜੀ ਬਿਲਕੁਲ ਨੀਤੂ ਜੀ ਵੈਰੀ ਗੁੱਡ 33 ਸਾਲ ਮਿਲ ਕੇ ਰਸਾਲਾ ਵੀ ਚਲਾਇਆ ਤੇ ਜਲਦੀ ਜਲਦੀ ਰਸਾਲੇ ਦਾ ਨਾਮ ਵੀ ਦੱਸ ਦੋ ਫਿਰ ਹੈਨਾ ਸੱਤਵੇਂ ਲਈ A ਉਹ D ਦੋ ਆਂਸਰ ਆਇਆ ਜਿਨ੍ਹਾਂ ਨੇ A ਆਂਸਰ ਕੀਤਾ ਮਤਲਬ ਕਿ ਤਿੰਨ ਉਹਨਾਂ ਦਾ ਆਂਸਰ ਹੈ ਬਿਲਕੁਲ ਠੀਕ ਹੁਣ ਇਹਦੇ ਵਿੱਚ ਕਦੋਂ-ਕਦੋਂ ਪ੍ਰਕਾਸ਼ਿਤ ਹੋਇਆ बाद संस्करण होर आंदते हैं उन्नीस सौ सतर कई जगह उन्नीस सौ अठत् लिखा मिलेगा और उस सौ तो इक्यासी ठीक है तो याद रखना तीन संस्करण इस तरह आ रसीदी टिकट दे जी ਇਹਦੇ ਤੋਂ ਬਿਨਾ ਅਗਰ ਦੇਖੀਏ ਕਿ ਇਹਨਾਂ ਦੀਆਂ ਸਵੈ ਜੀਵਨੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਅੱਗੇ ਵੈਸੇ ਜਦੋਂ ਅਸੀਂ ਕੱਲ੍ਹ ਲੈਂਦੇ ਕੁਐਸਚਨਸ ਕਰਾਂਗੇ ਤਾਂ ਉਦੋਂ ਅਸੀਂ ਬਤੌਰ ਸਵੈ ਜੀਵਨੀਕਾਰ ਥੋੜਾ ਜਿਹਾ ਹੋਰ ਇਹਨਾਂ ਨੂੰ ਗਹਿਰਾਈ ਵਿੱਚ ਕਰਨ ਵਾਲੇ ਆ ਅੱਜ ਅਸੀਂ ਇਹਨਾਂ ਨੂੰ ਬਤੌਰ ਨਾਵਲਕਾਰ ਹੀ ਮੇਨ ਕਰ ਰਹੇ ਹਾਂ ਠੀਕ ਹੈ ਤਾਂ ਉਸ ਦੇ ਵਿੱਚ ਤੁਸੀਂ ਯਾਦ ਰੱਖ ਸਕਦੇ ਹੋ ਕਾਲਾ ਗੁਲਾਬ ਕਿਰਮਚੀ ਲਕੀਰਾ ਮੋਮਬੱਤੀਆਂ ਦਾ ਪੇੜ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਦੀ ਸਵੈ ਜੀਵਨੀ ਮੰਨਿਆ ਜਾਂਦਾ ਓਕੇ ਅੱਗੇ ਹੈ ਅਮ੍ਰਿਤਾ ਪ੍ਰੀਤਮ ਨੇ ਸੱਜਾਦ ਨਾਲ ਦੋਸਤੀ ਨੂੰ ਕੀ ਕਿਹਾ ਸੀ ਸਬੱਬ ਦਾ ਮੇਲ ਖਿੜੇ ਫੁੱਲ پاک ਦਿਲ ਇਨਸਾਨ ਦੀ ਦੋਸਤੀ ਮਜ਼ਹਬੀ ਰੰਗਨ ਪ੍ਰਸ਼ਨ ਨੰਬਰ 8 ਉੱਤਰ ਕਰੋ ਜੀ ਸੱਜਾਦ ਦੇ ਨਾਲ ਦੋਸਤੀ ਨੂੰ ਇਹਨਾਂ ਨੇ ਕੀ ਨਾਮ ਦਿੱਤਾ ਹਾਂਜੀ ਹਾਂਜੀ ਸ਼ਾਬਾਸ਼ 8ਵੰਦੇ ਲਈ A ਔਰ B ਅਨਸਰ ਆ ਰਿਹਾ ਹੈ ਕੋਈ ਗੱਲ ਨਹੀਂ ਸ਼ਾਲੂ ਜੀ ਫੇਰ ਕੀ ਹੋ ਗਿਆ ਜ਼ਿੰਦਗੀ ਚ ਬਹੁਤ ਖੁਸ਼ ਹੁੰਦਾ ਜਿਹੜਾ ਸਾਨੂੰ ਬਾਰ ਬਾਰ ਕਰਨਾ ਪੈਂਦਾ ਹੈ ਹੈਨਾ ਤੇ ਆਪਾਂ ਉਸ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲਣਾ ਹੈ ਨੈਗੇਟਿਵ ਨਹੀਂ ਲੈਣਾ ਓਕੇ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਅਨਸਰ ਕੀਤਾ ਸਬੱਬ ਦਾ ਮੇਲ ਐਬਸੋਲੂਟਲੀ ਰਾਈਟ ਇਹ ਤਾਂ ਹੈਗਾ ਆ ਸਜਾਦ ਦੇ ਨਾਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਮਰੋਜ਼ ਦੇ ਨਾਲ ਵੀ ਔਰ ਸਾਹਿਰ ਲੁਧਿਆਣਵੀ ਦੇ ਨਾਲ ਵੀ ਇਹਨਾਂ ਦੀ ਦੋਸਤੀ ਰਹੀ ਹੈ ਹੈਨਾ ਜੇ ਦੇਖਿਆ ਜਾਏ ਇਮਰੋਜ਼ ਨੂੰ ਇਹ ਕੀ ਮੰंदे ਐ ਤਾਂ ਉਹਨਾਂ ਦੀ ਦੋਸਤੀ ਨੂੰ ਇਹਨਾਂ ਨੇ ਨਾਮ ਦਿੱਤਾ ਖਿੜੇ ਫੁੱਲ ਦਾ ਓਕੇ ਸਾਹਿਰ ਲੁਧਿਆਣਵੀ ਦੀ ਦੋਸਤੀ ਨੂੰ ਇਹਨਾਂ ਨੇ ਕਿਹਾ ਮذਹਬੀ ਰੰਗਨ ਨਾਲ ਦੇ ਨਾਲ ਇਹਨਾਂ ਨੇ ਬੋਲਿਆ پاک ਦਿਲ ਇਨਸਾਨ ਦੀ ਦੋਸਤੀ پاک ਤੋਂ ਪਾਕਿਸਤਾਨ ਯਾਦ ਰੱਖ ਲੈਣਾ ਹਨਾ ਥੋੜਾ ਜਿਆ ਰਿਲੇਟ ਕਰਨ ਦੇ ਲਈ ਮذਹਬੀ ਤਾਂ ਉੱਥੇ ਮਜ਼ਹਬ ਨੂੰ ਸਭ ਤੋਂ ਜ਼ਿਆਦਾ ਮੰਨਦੇ ਨੇ ਠੀਕ ਹੈ ਤਾਂ ਮذਹਬੀ ਰੰਗਨ ਔਰ پاک ਦਿਲ ਇਨਸਾਨ ਦੀ ਦੋਸਤੀ ਇਹ ਯਾਦ ਰੱਖ ਲੈਣਾ ਸਾਹਿਰ ਦੇ ਲਈ ਐ ਤੇ ਤੀਸਰਾ ਜਿਹੜਾ ਅਸੀਂ ਹੁਣੇ ਕਰ ਲਿਆ ਸੱਜਾਦ ਦੀ ਦੋਸਤੀ ਨੂੰ ਉਹਨਾਂ ਨੇ ਕੀ ਬੋਲਿਆ ਆ ਸਅ ਤੇ ਸੱਜਾਦ ਹੈ ਸਅ ਤੇ ਸਬੱਬ ਦਾ ਮੇਲ ਤਾਂ ਮੇਰੇ ਖਿਆਲ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ ਪਈ ਐ ਜਿਦੇ ਨਾਲ ਅਸੀਂ ਯਾਦ ਰੱਖ ਸਕਦੇ ਆ ਅੱਗੇ ਅਮ੍ਰਿਤਾ ਪ੍ਰੀਤਮ ਨੇ ਸੁਨੇਹੜੇ ਰਚਨਾ ਕਿਸ ਨੂੰ ਸਮਰਪਿਤ ਕਰਕੇ ਲਿਖੀ ਸਾਹਿਰ ਲੁਧਿਆਣਵੀ 임ਰੋਜ਼ ਸੱਜਾਦ ਮੋਹਨ ਸਿੰਘ ਪ੍ਰਸ਼ਨ ਨੰਬਰ 9 ਉੱਤਰ ਕਰੋ ਜੀ 9ਵੇਂ ਪ੍ਰਸ਼ਨ ਦੇ ਲਈ ਆਨਸਰ ਜਿੱਦਾਂ ਹੀ ਕੁਐਸਚਨ ਸਾਹਮਣੇ ਆਏ ਨਾ ਫਟਾਫਟ ਆਨਸਰ ਕਰਦੇ ਹੋ ਕਰੋ ਓਕੇ ਚੰਗੀ ਤਰ੍ਹਾਂ ਤਿਆਰੀ ਰੱਖੋ ਵੈਕੈਂਸੀਜ਼ ਸੀਰੀਅਸਲੀ ਜਲਦੀ ਆਉਣਗੀਆਂ ਓਕੇ 9ਵੇਂ ਦੇ ਲਈ ਇਹ ਆਨਸਰ ਆ ਰਿਹਾ ਬਿਲਕੁਲ ਠੀਕ ਹੈ ਇਹ ਵੀ 100 100 ਨੂੰ ਜੋੜ ਸਕਦੇ ਹੋ ਸੁਨੇਹੜੇ ਰਸਾ ਦੇ ਉੱਪਰ ਸਾਹਿਬ ਲੁਧਿਆਣਵੀ ਵੈਰੀ ਸਿੰਪਲ ਓਕੇ ਇਹਦੇ ਤੋਂ ਬਿਨਾ ਜਿਹੜੀ ਇਹਨਾਂ ਦੀ ਸਵੈ ਜੀਵਨੀ ਸੀ ਉਸ ਦੇ ਵਿੱਚ ਇਹਨਾਂ ਨੇ ਮੋਹਨ ਸਿੰਘ ਨੂੰ ਕੀ ਕਿਹਾ ਸੀ ਇਹਨਾਂ ਨੇ ਕਿਹਾ ਸੀ ਉਸ ਨੂੰ ਕਮਜ਼ੋਰ ਆਦਮੀ ਠੀਕ ਹੈ ਇਹ ਯਾਦ ਰੱਖ ਲੈਣਾ ਸਜਾਦ ਔਰ 임ਰੋਜ਼ ਬਾਰੇ ਅਸੀਂ ਹੁਣੇ ਹੀ ਗੱਲ ਕਰ ਚੁੱਕੇ ਹਾਂ ਤਾਂ ਅੱਗੇ ਚੱਲਦੇ ਹਾਂ 10ਵੇਂ ਪ੍ਰਸ਼ਨ ਵੱਲ ਅਮ੍ਰਿਤਾ ਪ੍ਰੀਤਮ ਦੇ ਨਾਵਲ ਡਾਕਟਰ ਦੇਵ ਨੂੰ ਕਿਸ ਭਾਸ਼ਾ ਦੇ ਵਿੱਚ ਅਨੁਵਾਦਿਤ ਕੀਤਾ ਗਿਆ ਹਾਂਜੀ ਜੀ ਆਨਸਰ ਕਰੋ ਡਾਕਟਰ ਦੇਵ ਇਹਨਾਂ ਦੇ ਕਾਫੀ ਸਾਰੇ ਨਾਵਲ ਹੈਗੇ ਨੇ ਜਿਹੜੇ ਬਹੁਤ ਫੇਮਸ ਹੈ ਸਾਨੂੰ ਪਤਾ ਹੈ ਬਤੌਰ ਨਾਵਲਕਾਰ ਅਸੀਂ ਇਹਨਾਂ ਨੂੰ ਪੜ੍ਹਨਾ ਹੈ ਰਾਈਟ ਅਗਰ ਤੁਸੀਂ ਇਹਨਾਂ ਦੇ ਸਾਰੇ ਦੇ ਸਾਰੇ ਨਾਵਲਾਂ ਬਾਰੇ ਜਾਣਨਾ ਹੈ ਤਾਂ ਤੁਸੀਂ ਐਰੂਡੇਸ਼ਨ ਸਟੱਡੀਜ਼ ਦੀ ਪਲੇਲਿਸਟ ਵਿੱਚ ਚਲੇ ਜਾਣਾ ਉਹਦੇ ਵਿੱਚ ਆਧੁਨਿਕ ਕਾਵ ਦੀ ਲਿਸਟ ਹੋਏਗੀ ਆਧੁਨਿਕ ਕਾਵ ਦੇ ਵਿੱਚ ਜਦੋਂ ਅਸੀਂ ਅਮ੍ਰਿਤਾ ਪ੍ਰੀਤਮ ਅੱਜ ਤੋਂ 3-4 ਮਹੀਨੇ ਪਹਿਲਾਂ ਪੜ੍ਹਿਆ ਸੀ ਨਾ ਉਹ ਦੇਖ ਲੈਣਾ ਉਹਦੇ 'ਚ ਤੁਹਾਨੂੰ ਕਾਫੀ ਡਿਟੇਲ ਮਿਲ ਜਾਏਗੀ ਕਿਉਂਕਿ ਉਹ ਵਾਲੇ ਕੁਐਸਚਨ ਮੈਂ ਇਸ ਵਾਰੀ ਰਿਪੀਟ ਨਹੀਂ ਕੀਤੇ ਮੈਂ ਤੁਹਾਨੂੰ ਨਿਊ ਕੁਐਸਚਨਸ ਦੇਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ 10ਵੇਂ ਦਾ ਡੀ ਆਨਸਰ ਆ ਰਿਹਾ ਅੰਗਰੇਜ਼ੀ ਅਤੇ ਸਾਰੇ ਬਿਲਕੁਲ ਠੀਕ ਹੈ ਵੈਸੇ ਤੁਸੀਂ ਯਾਦ ਰੱਖਣਾ ਇਹਨਾਂ ਦੇ ਜ਼ਿਆਦਾਤਰ ਨਾਵਲਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਲਾਈਕ ਛਾਪਿਆ ਗਿਆ ਸੀ ਠੀਕ ਹੈ ਅਨੁਵਾਦਿਤ ਕੀਤਾ ਗਿਆ ਡਾਕਟਰ ਦੇਵ ਦਾ ਸਾਲ ਰਹੇਗਾ 1949 ਇਹਨੂੰ ਹਿੰਦੀ ਗੁਜਰਾਤੀ ਮਲਿਆਲਮ ਇੰਗਲਿਸ਼ ਅੰਗਰੇਜ਼ੀ ਦੇ ਵਿੱਚ ਅਨੁਵਾਦਿਤ ਕੀਤਾ ਗਿਆ ਠੀਕ ਹੈ ਔਰ 1940 ਦੇ ਵਿੱਚ ਇਹਨਾਂ ਦਾ ਇੱਕ ਬਹੁਤ ਇੰਪੋਰਟੈਂਟ ਨਾਵਲ ਆਉਂਦਾ ਆ ਜਿਸ ਦੇ ਬਾਰੇ ਪ੍ਰਸ਼ਨ ਪੁੱਛ ਲਿਆ ਜਾਂਦਾ ਆ ਤੇ ਇਹ ਵੀ ਤੁਸੀਂ ਯਾਦ ਰੱਖ ਲੈਣਾ ਇਹ ਰਹੇਗਾ ਜੈਸ਼ਰੀ ਓਕੇ ਅੱਗੇ ਹੈ ਇੱਕ ਸ਼ਹਿਰ ਦੀ ਮੌਤ ਇਸ ਦੀ ਵਿਧਾ ਦੱਸੋ ਨਾਵਲ ਨਾਟਕ ਕਹਾਣੀ ਕਾਵ ਸੰਗ੍ਰਹਿ ਵੈਰੀ ਗੁੱਡ ਵੈਰੀ ਗੁੱਡ 11ਵੇਂ ਪ੍ਰਸ਼ਨ ਦੇ ਲਈ ਆਨਸਰ ਕਰੋ ਇੱਕ ਸ਼ਹਿਰ ਦੀ ਮੌਤ ਦੀ ਵਿਧਾ ਦੱਸਣੀ ਹੈ ਕੀ ਹੋਏਗੀ ਹਾਂਜੀ ਪਹਿਲਾ ਜੈ ਸ਼੍ਰੀ ਸੀ ਬਿਲਕੁਲ 1946 1946 ਦੇ ਵਿੱਚ ਓਕੇ ਔਰ ਦੇਖੋ ਜਿਹੜਾ ਤੁਹਾਡਾ 8TT ਦਾ ਪੇਪਰ ਹੋਣਾ ਨਾ ਉਹਦੇ ਵਿੱਚ ਵੀ ਇਹ ਵਾਲੇ ਸੈਸ਼ਨ ਬਹੁਤ ਇੰਪੋਰਟੈਂਟ ਹੈਗੇ ਆ ਯਾਨੀ ਕਿ ਪੰਜਾਬੀ ਦੇ ਵਿੱਚ ਉਹਦੇ ਵਿੱਚ ਵੀ ਇਹ ਵਾਲੇ ਸੈਸ਼ਨ ਇੰਪੋਰਟੈਂਟ ਰਹਿਣਗੇ ਜਿਹੜੇ ਈਟੀਟੀ ਦੀ ਤਿਆਰੀ ਕਰਨ ਲੱਗੇ ਨਾ 89 ਵਾਲੀ ਤਾਂ ਪਲੀਜ਼ ਉਹਦੇ ਵਿੱਚ ਵੀ ਤੁਸੀਂ ਤਿਆਰੀ ਦੇ ਲਈ ਇਹ ਵਾਲੇ ਸੈਸ਼ਨਸ ਦੇਖ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਓਕੇ ਇਹ ਹੈਗਾ ਇਹਨਾਂ ਦਾ ਕਹਾਣੀ ਸੰਗ੍ਰਹਿ ਠੀਕ ਹੈ ਇੱਕ ਸ਼ਹਿਰ ਦੀ ਮੋਤ ਇਹ ਇਹਨਾਂ ਦਾ ਕਹਾਣੀ ਸੰਗ੍ਰਹਿ ਹੈਗਾ ਆ ਰਾਈਟ ਤਾਂ ਕਨਫਿਊਜ਼ ਨਹੀਂ ਹੋਣਾ ਓਕੇ ਤੇ ਉਹਦੇ ਤੋਂ ਬਿਨਾ ਜਿਹੜੇ ਬਾਕੀ ਲਾਈਕ ਅੱਛਾ ਬਾਕੀ ਤਾਂ ਮੈਂ ਵਿਦਾਉ ਨਹੀਂ ਦੱਸਿਆ ਸੀ 올 ਰਾਈਟ ਇਹਦੇ ਤੋਂ ਬਿਨਾ ਕਹਾਣੀ ਸੰਗ੍ਰਹਿਨਾ ਦੇ ਕਿਹੜੇ-ਕਿਹੜੇ ਇੰਪੋਰਟੈਂਟ ਹੈ ਜਿਹੜੇ ਯਾਦ ਰੱਖ ਸਕਦੇ ਆ 36 ਵਰੇ ਬਾਅਦ ਇਹ 1943 ਵਿੱਚ ਆਂਦਾ ਕੁੰਜੀਆਂ 1944 ਵਿੱਚ ਆਂਦਾ ਆਖਰੀ ਖੱਤ ਇਹ 1956 ਵਿੱਚ ਆਂਦਾ ਆ ਅ ਜੰਗਲੀ ਬੂਟੀ ਵੀ ਇੰਪੋਰਟੈਂਟ ਹੈ 1969 ਵਿੱਚ ਆਂਦਾ ਠੀਕ ਹੈ ਇਹ ਸਾਰੇ ਇੰਪੋਰਟੈਂਟ ਰਹਿਣਗੇ ਯਾਦ ਰੱਖ ਲੈਣਾ ਅੱਗੇ ਚੱਲਦੇ ਆ 12ਵਾਂ ਪ੍ਰਸ਼ਨ 헤ਠਾ ਵਿੱਚੋਂ ਅਮ੍ਰਿਤਾ ਪ੍ਰੀਤਮ ਦਾ ਕਾਵ ਸੰਗ੍ਰਹਿਨ ਦੱਸੋ ਉਹ ਗੀਤਾਂ ਵਾਲਿਓ 36ਵਰੇ ਬਾਅਦ ਅੱਗ ਦੀ ਲਕੀਰ ਚੱਕ ਨੰਬਰ 36 ਪ੍ਰਸ਼ਨ ਨੰਬਰ 12 ਦੇ ਲਈ ਆਨਸਰ ਕਰੋ ਕਾਵ ਸੰਗ੍ਰਹਿ ਦੱਸਣਾ ਇਹਨਾਂ ਵਿੱਚੋਂ ਠੀਕ ਹੈ ਵੈਸੇ ਤਾਂ ਦੇ ਨਾਮ ਨੂੰ ਹੀ ਥੋੜਾ ਧਿਆਨ ਨਾਲ ਕਰਕੇ ਦੇਖੋ ਫਿਰ ਪਤਾ ਚੱਲੇਗਾ ਕਰ ਰਹੇ ਹੋ ਆਸ਼ਾ ਜੀ ਇਹ ਵਾਲੇ ਸੈਸ਼ਨ ਤੁਹਾਡੇ ਲਈ ਉੱਥੇ ਵੀ ਬਹੁਤ ਇੰਪੋਰਟੈਂਸ ਰੱਖਣਗੇ ਦੇਖਣਾ ਜਿਹੜੇ ਵੀ ਆਹ ਪੰਜਾਬੀ ਦੀ ਤਿਆਰੀ ਸੌਰੀ ਈਟੀਟੀ ਵਾਲੀ ਤਿਆਰੀ ਕਰਦੇ ਪਏ ਆ ਨਾ ਉਹ ਪੰਜਾਬੀ ਦੀਆਂ ਸਾਰੀਆਂ ਸਾਡੀਆਂ ਲਿਸਟਾਂ ਦੇਖ ਲੈਣਾ ਪਲੇਲਿਸਟ ਦੇ ਵਿੱਚ ਲਾਈਕ ਅੱਜ ਵੈਸੇ ਮੈਂ ਇੱਕ ਵਾਰੀ ਟੈਲੀਗ੍ਰਾਮ ਦੇ ਉੱਪਰ ਆਪਣੇ ਸ਼ੇਅਰ ਵੀ ਕਰ ਦੂੰਗੀ ਅ ਜਿੰਦੇ ਵਿੱਚ ਮੈਂ ਉਹ ਤੁਹਾਨੂੰ ਕਰਵਾਏ ਹੋਏ ਆ ਨਾ ਗ੍ਰਾਮਰ ਪੋਰਸ਼ਨ ਉਹ ਪੱਕਾ ਕਰਨਾ ਬਹੁਤ ਇੰਪੋਰਟੈਂਟ ਹੈ ਠੀਕ ਹੈ 12ਵੇਂ ਲਈ ਇਹ ਆਨਸਰ ਆ ਰਿਹਾ ਉਹ ਗੀਤਾਂ ਵਾਲਿਓ ਬਿਲਕੁਲ ਸਹੀ ਆਨਸਰ ਹੈ ਠੀਕ ਹੈ ਠੀਕ ਹੈ ਜੀ ਇੱਕ ਕਾਵ ਸੰਗ੍ਰਹਿ ਹੋ ਗਿਆ ਐਂਦੇ ਤੋਂ ਬਿਨਾ ਅਸੀਂ ਹੋਰ ਕਿਹੜੇ ਕਾਵ ਸੰਗ੍ਰਹਿ ਆ ਜਿਹੜੇ ਇੰਪੋਰਟੈਂਟਲੀ ਯਾਦ ਰੱਖਣੇ ਆ ਪੱਥਰ ਗੀਟੇ 194 ਲੰਮੀਆਂ ਵਾਟਾਂ 1949 ਮੈ ਤਾਰੀਖਾਂ ਹਿੰਦੀ ਦੀ 1950 ਸਰਗੀ ਵੇਲਾ 1951 ਇਹ ਚਾਰ ਤੁਸੀਂ ਯਾਦ ਰੱਖ ਲੈਣਾ ਠੀਕ ਹੈ ਜੀ ਤਾਂ ਸਰਗੀ ਵੇਲੇ ਲਾਇਕ ਜਦੋਂ ਲੰਮੀਆਂ ਵਾਟਾਂ ਤੈਅ ਕਰਕੇ ਕੁੜੀਆਂ ਜਾਂਦੀਆਂ ਹੁੰਦੀਆਂ ਸੀ ਇੱਕ ਦੂਸਰੇ ਨਾਲ ਪੱਥਰ ਗੀਟੇ ਖੇਲਣ ਹਰ ਤਾਰੀਖ ਨੂੰ ਐਦਾਂ ਚਾਰੋਂ ਯਾਦ ਹੋ ਜਾਣਗੇ ਕਿਦਾਂ ਕੁੜੀਆਂ ਲੰਮੀਆਂ ਵਾਟਾਂ ਤੈਅ ਕਰਕੇ ਪੱਥਰ ਗੀਟੇ ਖੇਲਣ ਲਈ ਸਰਗੀ ਵੇਲੇ ਜਾਇਆ ਕਰਦੀਆਂ ਸੀ ਹਰ ਤਾਰੀਖ ਨੂੰ ਮਤਲਬ ਕੋਈ ਗੈਪ ਨਹੀਂ ਪਾਣਾ ਡੇਲੀ ਆਈ ਥਿੰਕ ਬਿਨੀ ਜੀ ਇਸ ਵਾਰੀ ਇਹ ਨਹੀਂ ਹੈਗਾ ਮਤਲਬ ਤੁਸੀਂ ਕਰ ਨਹੀਂ ਸਕਦੇ ਸ਼ਾਇਦ ਬੀਅਰਡ ਵਾਲੇ ਨਹੀਂ ਕਰ ਸਕਦੇ ਓਕੇ ਹਾਂ ਬਿਲਕੁਲ ਬਿਲਕੁਲ ਵੈਰੀ ਗੁੱਡ ਨੀਤੂ ਜੀ ਅੱਗੇ ਪੰਜਾਬੀ ਵਿੱਚ ਸਵੈ ਜੀਵਨੀ ਲਿਖਣ ਵਾਲੀ ਪਹਿਲੀ ਇਸਤਰੀ ਲੇਖਕ ਕੌਣ ਹੈ ਇਹ ਤਾਂ ਤੁਹਾਨੂੰ ਪੱਕਾ ਹੀ ਪਤਾ ਚੱਲ ਜਾਣਾ ਹੈ ਬਈ ਅਸੀਂ ਪੜ੍ਹਦੇ ਅੱਜ ਉਹਨਾਂ ਬਾਰੇ ਪਿਆ ਤੇ ਇਸ ਦੇ ਬਾਰੇ ਫੇਰ ਸੋਚਣ ਦੀ ਜ਼ਰੂਰਤ ਹੀ ਨਹੀਂ ਹੈ ਅਮ੍ਰਿਤਾ ਪ੍ਰੀਤਮ ਦਲੀਪ ਕੋਰ ਟਿਵਾਨਾ ਸੁਰਜੀਤ ਕੋਰ ਸਾਇਰਾ ਬੇਗਮ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰੋ ਬੱਚਾ ਬਿਲਕੁਲ ਠੀਕ ਹੈ ਅਮ੍ਰਿਤਾ ਪ੍ਰੀਤਮ ਐਂ ਦੇ ਬਾਰੇ ਤਾਂ ਕੀ ਸੋਚਣਾ ਹੈ ਨਾ ਔਰ ਇਹ ਲਾਈਕ ਤੁਸੀਂ ਦੇਖੋ ਪਹਿਲੇ ਇਸਤਰੀ ਲੇਖਕ ਆਪਣੀ ਸਵੈ ਜੀਵਨੀ ਲਿਖਣ ਵਾਲੇ ਜਦੋਂ ਇਹ ਸਵੈ ਜੀਵਨੀ ਲਿਖ ਰਹੀ ਸੀ ਨਾ ਇੱਕ ਵਾਰੀ ਕੀ ਹੁੰਦਾ ਆ ਇਹਨਾਂ ਦੇ ਕੋਲੋਂ ਇੱਕ ਡੈਸ਼ ਡੈਸ਼ ਪਰਸਨ ਆਂਦੇ ਆ ਇਹ ਤੁਸੀਂ ਮੈਨੂੰ ਦੱਸਣਾ ਦਾ ਨਾਮ ਠੀਕ ਹੈ ਇਹ ਆ ਕੇ ਕਹਿੰਦੇ ਆ ਜਦੋਂ ਅਮ੍ਰਿਤਾ ਦੱਸਦੀ ਹੈ ਕਿ ਮੈਂ ਆਪਣੀ ਸਵੈ ਜੀਵਨੀ ਲਿਖ ਰਹੀ ਆ ਤੇ ਇਹਨਾਂ ਨੇ ਬੋਲਿਆ ਕੀ ਤੇਰੀ ਸਵੈ ਜੀਵਨੀ ਚ ਹੈ ਹੀ ਕੀ ਇੱਕ ਰਸੀਦੀ ਟਿਕਟ ਦੇ ਜਿੰਨੀ ਤਾਂ ਤੇਰੇ ਕੋਲ ਜਗ੍ਹਾ ਆ ਮਤਲਬ ਕਿ ਉਹਦੇ ਪਿੱਛੇ ਹੀ ਤੇਰੀ ਸਾਰੀ ਸਵੈ ਜੀਵਨੀ ਸਮਾ ਸਕਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸਵੈ ਜੀਵਨੀ ਦਾ ਨਾਮ ਰੱਖ ਦਿੱਤਾ ਰਸੀਦੀ ਟਿਕਟ ਤਾਂ ਇਹ ਤੁਸੀਂ ਦੱਸੋਗੇ ਕਿ ਉਹ ਪਰਸਨ ਕੌਣ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਇਹ ਵਰਡ ਬੋਲੇ ਸੀ ਓਕੇ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਅੱਗੇ ਦੇਖਦੇ ਹਾਂ 14ਵਾਂ ਪ੍ਰਸ਼ਨ ਅਮ੍ਰਿਤਾ ਪ੍ਰੀਤਮ ਨੇ ਸਵੈ ਜੀਵਨੀ ਨੂੰ ਕੀ ਕਿਹਾ ਯਥਾਰਤ ਤੋਂ ਯਥਾਰਤ ਤੱਕ ਦਾ ਸਫ਼ਰ ਲੇਖਕ ਦੇ ਘਰ ਵਿੱਚ ਪਾਠਕ ਨੂੰ ਨਿੱਜੀ ਬੁਲਾਵਾ ਬਿਲਕੁਲ ਖੁਸ਼ਵੰਤ ਸਿੰਘ ਸ਼ਾਬਾਸ਼ ਐਬਸੋਲੂਟਲੀ ਰਾਈਟ ਦੋਵੇਂ ਔਰ ਇਹਨਾਂ ਵਿੱਚੋਂ ਕੋਈ ਨਹੀਂ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰੋ ਅਮ੍ਰਿਤਾ ਪ੍ਰੀਤਮ ਨੇ ਸਵੈ ਜੀਵਨੀ ਨੂੰ ਕੀ ਕਿਹਾ ਸੀ ਇਹ ਵੀ ਬਹੁਤ ਵਾਰ ਆਏ ਹੋਏ ਆ ਪਹਿਲੇ ਵਾਰ ਤਾਂ ਬਹੁਤ ਜ਼ਿਆਦਾ ਇਹ ਥਾਰਤ ਤੋਂ ਥਾਰਤ ਤੱਕ ਦਾ ਸਫ਼ਰ ਤਾਂ ਪਤਾ ਹੀ ਨਹੀਂ ਕਿੰਨੀ ਵਾਰੀ ਆ ਚੁੱਕਿਆ ਹੈ ਪੇਪਰਾਂ ਵਿੱਚ ਨਾ ਕੱਸ ਗਏ ਹੋਏ ਆ ਕੁਝ ਕੁਐਸ਼ਨਸ ਤਾਂ ਪਰ ਫਿਰ ਵੀ ਹੁੰਦੇ ਰਹਿੰਦੇ ਆ ਪਤਾ ਨਹੀਂ ਕਿਦਾਂ ਔਰ ਮੈਨੂੰ ਪਤਾ ਸੀ ਤੁਸੀਂ ਇਹ ਆਨਸਰ ਲਗਾਉਣ ਵਾਲੇ ਹੋ ਪਰ ਇਹ ਦੋਵੇਂ ਹੀ ਨਹੀਂ ਓਕੇ ਇਹਨਾਂ ਨੇ ਹੀ ਬੋਲਿਆ ਸੀ ਯਥਾਰਤ ਤੋਂ ਯਥਾਰਤ ਤੱਕ ਦਾ ਸਫਰ ਔਰ ਇਹਨਾਂ ਨੇ ਹੀ ਬੋਲਿਆ ਸੀਗਾ ਕਿ ਇਹ ਹੁੰਦੀ ਆ ਲੇਖਕ ਦੇ ਘਰ ਦੇ ਵਿੱਚ ਪਾਠਕ ਨੂੰ ਨਿੱਜੀ ਬੁਲਾਵਾ ਯਾਨੀ ਕਿ ਪਰਸਨਲੀ ਤੁਹਾਨੂੰ ਪਾਠਕ ਬੁਲਾ ਰਿਹਾ ਆ ਆਪਣੇ ਘਰ ਦੇ ਅੰਦਰ ਤਾਂ ਫਿਰ ਹੁੰਦੀ ਆ ਪਰਸਨਲ ਲਾਈਫ ਬਾਰੇ ਤੁਹਾਨੂੰ ਪਤਾ ਚੱਲਦਾ ਤੇ ਸਵੈਜੀਵਨੀ ਹੁੰਦੀ ਕੀ ਆ ਕਿਸੇ ਦੀ ਪਰਸਨਲ ਲਾਈਫ ਦੇ ਬਾਰੇ ਵਿੱਚ ਹੀ ਤਾਂ ਗੱਲ ਹੁੰਦੀ ਆ ਠੀਕ ਹੈ ਤਾਂ ਇਹ ਦੋਨੋਂ ਹੀ ਜਿਹੜੇ ਵਰਡਸ ਐ ਉਹ ਅਮ੍ਰਿਤਾ ਪ੍ਰੀਤਮ ਨੇ ਬੋਲੇ ਸੀ ਸਵੈਜੀਵਨੀ ਦੇ ਲਈ ਅੱਗੇ ਇਹ ਅਮ੍ਰਿਤਾ ਪ੍ਰੀਤਮ ਦਾ ਵਿਚਾਰ ਹੈ ਤੁਸੀਂ ਇਹਦੇ ਵਿੱਚ ਖਾਲੀ ਥਾਵਾਂ ਭਰਨੀ ਆ ਸਵੈ ਜੀਵਨੀ ਵਿੱਚ ਪੇਸ਼ ਕੀਤਾ ਝੂਠ ਡੈਸ਼ ਦੀ ਨਹੀਂ ਸਗੋਂ ਡੈਸ਼ ਦੀ ਹੱਤਕ ਹੈ ਮਹਿਮਾਨ ਦੀ ਨਹੀਂ ਮੇਜ਼ਬਾਨ ਦੀ ਹੱਤਕ ਹੈ ਪਾਠਕ ਦੀ ਨਹੀਂ ਲੇਖਕ ਦੀ ਹੱਤਕ ਹੈ ਦੋਵੇਂ ਜਾਂ ਫਿਰ ਲੇਖਕ ਦੀ ਨਹੀਂ ਪਾਠਕ ਦੀ ਹੱਤਕ ਹੈ ਪ੍ਰਸ਼ਨ ਨੰਬਰ 15 ਫਟਾਫਟ ਆਨਸਰ ਕਰੋ ਔਰ ਇਹ ਅੱਜ ਦਾ ਲਾਸਟ ਕੁਐਸਚਨ ਹੈ ਆਪਣਾ ਜੀ 15वे ਲਈ ए आंसर आ ਰਿਹਾ ਹੈ ओके और नीतू जी ਨੇ ਦੋਨੋਂ ਵੀ ਕੀਤਾ ਹੈ ਬਿਲਕੁਲ ਵੈਰੀ ਗੁੱਡ ਵੈਰੀ ਇੰਪ੍ਰੈਸਿਵ ਨੀਤੂ ਜੀ ਬਿਲਕੁਲ ਸਹੀ ਉੱਤਰ ਹੈ ਇਹ ਹੈ ਦੋਵੇਂ ਠੀਕ ਹੈ ਕਿਉਂਕਿ ਦੇਖੋ ਉਹਨਾਂ ਨੇ ਨਾ ਇਹੀ ਬੋਲਿਆ ਸੀ ਕਹਿੰਦੇ ਕਿ ਸਵੈ ਜੀਵਨੀ ਵਿੱਚ ਪੇਸ਼ ਕੀਤਾ ਝੂਠ ਪਾਠਕ ਪਾਠਕ ਦੇ ਬ੍ਰੈਕਟ ਦੇ ਵਿੱਚ ਅਤੇ ਮਹਿਮਾਨ ਲਿਖਿਆ ਯਾਨੀ ਕਿ ਉਹ ਪਾਠਕ ਨੂੰ ਮਹਿਮਾਨ ਮੰਨ ਰਹੇ ਨੇ ਉਹਨਾਂ ਨੇ ਕਿਹਾ ਸੀ ਨਾ ਕਿ ਪਾਠਕ ਨੂੰ ਨਿਜੀ ਬੁਲਾਵਾ ਹੈਗਾ ਇੱਕ ਤਰ੍ਹਾਂ ਮਹਿਮਾਨ ਬਣ ਕੇ ਜਾ ਰਿਹਾ ਹੈ ਦੀ ਨਹੀਂ ਸਗੋ ਲੇਖਕ ਲੇਖਕ ਦੇ ਬ੍ਰੈਕਟ ਦੇ ਵਿੱਚ ਲਿਖਿਆ ਮੇਜ਼ਬਾਨ ਯਾਨੀ ਕਿ ਐਨੇ ਬੁਲਾਇਆ ਪਾਠਕ ਨੂੰ ਆਪਣੇ ਘਰ ਦੇ ਵਿੱਚ ਤਾਂ ਉਹ ਬਤੌਰ ਮੇਜ਼ਬਾਨ ਦੇ ਚਿਹਨੇ ਦੇ ਨਾਲ ਉਹਨਾਂ ਨੇ ਪੇਸ਼ ਕੀਤਾ ਠੀਕ ਹੈ ਉਹਦੀ ਹੱਦ ਤੱਕ ਹੈ ਇਸੇ ਕਰਕੇ ਕਹਿੰਦੇ ਸੀਗੇ ਕਿ ਸੱਚ ਲਿਖਣਾ ਚਾਹੀਦਾ ਆ ਝੂਠ ਦੇ ਬਾਰੇ ਦੇ ਵਿੱਚ ਸਵੈ ਜਿਮਨੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਓਕੇ ਰਾਈਟ ਤਾਂ ਇੱਥੇ ਉਹ ਰਾਜਪਾਲ ਜੀ ਥੈਂਕ ਯੂ ਐਂਡ ਕੰਗ੍ਰੈਚੁਲੇਸ਼ਨਸ ਫॉर ਯੂ ਸਿਲੈਕਸ਼ਨ ਹੈਨਾ ਯੂ ਹੈਵ ਬੀਨ ਸਿਲੈਕਟਡ ਇਨ ਪੰਜਾਬੀ ਐਂਡ ਆਈ ਏਮ ਵੈਰੀ ਹੈਪੀ ਫॉर ਯੂ ਐਂਡ ਬਾਕੀਆਂ ਦੇ ਲਈ ਵੀ ਜਿਹੜੇ ਜਿਹੜੇ ਸਟੂਡੈਂਟਸ ਸਿਲੈਕਟ ਹੋਏ ਆ ਹੈਨਾ ਤੁਹਾਡੇ ਕਰਕੇ ਫਿਰ ਪ੍ਰਾਊਡ ਵੀ ਫੀਲ ਹੁੰਦਾ ਓਕੇ ਥੈਂਕ ਯੂ ਹੁਣ ਅਸੀਂ ਕੱਲ ਮਿਲਦੇ ਆ ਅਗਲੇ ਸਾਹਿਤਕਾਰ ਦੇ ਨਾਲ ਠੀਕ ਹੈ ਔਰ ਉਸ ਦੇ ਵਿੱਚ ਅਸੀਂ ਔਰ ਸੌਰੀ ਅਗਲੇ ਨਹੀਂ ਅਮ੍ਰਿਤਾ ਪ੍ਰੀਤਮ ਜੀ ਦੇ ਬਾਰੇ ਦੇ ਵਿੱਚ ਅਸੀਂ ਤੀਸਰਾ ਚੈਪਟਰ ਕਰਨ ਵਾਲਿਆਂ ਓਕੇ ਔਰ ਅਗਲੀ ਵਾਰੀ ਮੈਨੂੰ ਉਮੀਦ ਹੈ ਕਿ ऐसे ही ग्रुप ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟਸ ਹੋਰ ਵੀ ਹੋਣਗੇ ਜਿਹੜੇ ਅਗਲੀ ਵਾਰੀ ਦੀ ਟਾਪਰ ਲਿਸਟ ਦੇ ਵਿੱਚ ਆਉਣ ਵਾਲੇ ਐ ਫਾਈਨਲਿਸਟ ਦੇ ਵਿੱਚ ਠੀਕ ਐ 올 ਰਾਈਟ थैंक यू गुड डे ਬਾਏ ਬਾਏ ਟੇਕ ਕੇ ਮਿਹਨਤ ਹਮੇਸ਼ਾ ਫਰੂਟ ਦਿੰਦੀ ਐ ਆਸ਼ਾ ਜੀ ਔਰ ਤੁਹਾਨੂੰ ਇਹ ਪੱਕਾ ਦੇएगी ਠੀਕ ਐ ਟੈਨਸ਼ਨ ਨਾ ਲੋ